ਯਿਸੂ ਮਸੀਹ ਦੇ ਨਾਂ ਦੀ ਵਡਿਆਈ ਹੋਵੇ ਜਿਹਨੇ ਅੱਜ ਦਾ ਮੌਕਾ ਸਾਨੂੰ ਬਖਸ਼ਿਆ ਇਕੱਠੇ ਹੋ ਸਕੇ ਹਾਂ ਅਤੇ ਖਾਸ ਕਰਕੇ ਮੈਂ ਮਸੀਹੀ ਸੰਗਤ ਮੋਂਟਰੀਅਲ ਵੱਲੋਂ ਪਾਦਰੀ ਸਾਹਿਬ ਹੋਣਾ ਵੱਲੋਂ ਅਡਰੀਸ ਗਿੱਲ ਹੋਣਾ ਵੱਲੋਂ ਸਾਡੇ ਖਾਸ ਮਹਿਮਾਨ ਆਏ ਕੈਲੀਫੋਰਨੀਆ ਤੋਂ ਉਹਨਾਂ ਨੂੰ ਵੈਲਕਮ ਜੀ ਆਇਆਂ ਕਹਿੰਦਾ ਅਤੇ ਪਿਛਲੀ ਵਾਰ ਜਦੋਂ ਆਏ ਸੀ ਇਹਨਾਂ ਨੇ ਸਾਨੂੰ ਬਹੁਤ ਨਵੇਂ ਮਸੀਹੀ ਭਜਨ ਸਿਖਾਏ ਸੀ ਅਤੇ ਅੱਜ ਵੀ ਸਾਨੂੰ ਭਜਨਾਂ ਦੇ ਵਿੱਚ ਇਹ ਲੀਡ ਕਰਨਗੇ ਕੁਛ ਅਸੀਂ ਇਹਨਾਂ ਕੋਲ ਸਿੱਖਾਂਗੇ ਹੋਰ ਅਤੇ ਉਸ ਤੋਂ ਪਹਿਲਾਂ ਆਪਾਂ ਯਿਸੂ ਮਸੀਹ ਦੇ ਨਾਂ ਦੀ ਫਤਿਹ ਗਜਾਉਂਦੇ ਹੋਏ ਸਾਥ ਦੇਣਾ ਸਾਰਿਆਂ ਨੇ ਹਾਲੇਲੂਯਾ ਪ੍ਰਭੂ ਯਿਸੂ ਮਸੀਹ ਕੀ ਪੈਗਾਂ ਦੀ ਫੈਮਿਲੀ ਜਿਹੜੇ ਕਿ ਕੈਲੀਫੋਰਨੀਆ ਤੋਂ ਆਏ ਆ ਇੱਕ ਵਾਰ ਫਿਰ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਮਸੀਹੀ ਸੰਗਤ ਵੱਲੋਂ ਕੈਲੀਫੋਰਨੀਆ ਤੋਂ ਆਏ ਹਾਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਚਰਚ ਵੱਲੋਂ ਤੁਹਾਨੂੰ ਅਸੀਂ ਜੈ ਮਸੀਹ ਕਹਿੰਦੇ ਹਾਂ ਸਾਡਾ ਚਰਚ ਦੀ ਕਲੀਸਿਆ ਕਹਿੰਦੇ ਸੀ ਜਦੋਂ ਤੁਸੀਂ ਚਰਚ ਵਿੱਚ ਜਾਓਗੇ ਸਾਡੇ ਭੈਣ ਭਰਾਵਾਂ ਨੂੰ ਜੈ ਮਸੀਹ ਕੀ ਕਿਹੋ ਸੋ ਅਸੀਂ ਆਪਣਾ ਸਲਾਮ ਤੁਹਾਨੂੰ ਦਿੰਦੇ ਹਾਂ ਕਿ ਖੁਦਾ ਤੁਹਾਨੂੰ ਬਲੈਸ ਕਰੇ ਤੰਦਰੁਸਤੀ ਦੇਵੇ ਆਪਣੇ ਕੰਮਾਂ ਵਿੱਚ ਹੋਰ ਅੱਗੇ ਵਧਾਏ ਪਰਮੇਸ਼ੁਰ ਦੇ ਨਾਮ ਨੂੰ ਜਲਾਲ ਦਿੰਦੇ ਹਾਂ ਕਿਉਂਕਿ ਖੁਦਾ ਦੇ ਵਚਨ 'ਚ ਲਿਖਿਆ ਜਦੋਂ ਤੁਸੀਂ ਮੈਨੂੰ ਪੁਕਾਰਦੇ ਹਾਂ ਮੈਂ ਹਮੇਸ਼ਾ ਤੁਹਾਡੇ ਅੰਗ ਸੰਗ ਹਾਂ ਉਹ ਕਹਿੰਦਾ ਆ ਜਦੋਂ ਮੇਰਾ ਬੱਚਾ ਮੈਨੂੰ ਪੁਕਾਰਦਾ ਆ ਮੈਂ ਹਮੇਸ਼ਾ ਉਹਦੀ ਦੁਹਾਈ ਨੂੰ ਸੁਣਦਾ ਹਾਂ ਕੰਨ ਲਾਉਂਦਾ ਹਾਂ ਔਰ ਕੰਨ ਲਾ ਕੇ ਉਹਦੀ ਸੁਣ ਕੇ ਉਹਨੂੰ ਜਵਾਬ ਦਿੰਦਾ ਹਾਂ ਸੋ ਉਹ ਹਮਾਰਾ ਜਲਾਲੀ ਪਰਮੇਸ਼ੁਰ ਆ ਜਲਾਲ ਲੈਣ ਦਾ ਜੋ ਪਰਮੇਸ਼ੁਰ ਆ ਕਿਉਂਕਿ ਸਾਨੂੰ ਪਵਿੱਤਰ ਸ਼ਾਸਤਰ ਦੱਸਦਾ ਆ ਜ਼ਮੀਨ ਉੱਤੇ ਆਸਮਾਨ ਦੇ ਥੱਲੇ ਔਰ ਜ਼ਮੀਨ ਦੀ ਗਹਿਰਾਈ ਦੇ ਵਿੱਚ ਕੋਈ ਐਸਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਸਿਰਫ ਸਾਡਾ ਯਿਸੂ ਮਸੀਹ ਆ ਜੋ ਸਾਨੂੰ ਸਮਰਥ ਦਿੰਦਾ ਆ ਸਾਨੂੰ ਬਚਾਉਣ ਦੀ ਸ਼ਕਤੀ ਦਿੰਦਾ ਆ ਔਰ ਸਾਰਾ ਇੱਜ਼ਤ ਜਲਾਲ ਅਸੀਂ ਉਸ ਪਰਮੇਸ਼ੁਰ ਨੂੰ ਦਿੰਦੇ ਹਾਂ ਕਿਉਂਕਿ ਉਹ ਹੀ ਹਮਾਰਾ ਜਲਾਲੀ ਪਰਮੇਸ਼ੁਰ ਹੈ ਤੂੰ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਕੁਬਤ ਸੇ ਭਰਾ ਕੁਦਰਤ ਸੇ ਭਰਾ ਗੈਰਤ ਸੇ ਭਰਾ ਯਹੋਵਾ ਖੁਦਾ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਤੂੰ ਜਲਾਲੀ ਖੁਦਾ ਤੂੰ